ਸ਼੍ਰੀਮਤੀ ਕੈਲਾਸ਼ ਅਗਰਵਾਲ ਹੁਣਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਭਲਾਈ ਦੇ ਕੰਮ ਕਰਦਿਆਂ ਬਸਰ ਕੀਤੀ। ਆਪ ਜੀ ਬਹੁਤ ਹੀ ਨੇਕ ਖਿਆਲਾਂ ਦੇ ਅਤੇ ਸੰਸਕਾਰੀ ਔਰਤ ਸਨ। ਆਪ ਜੀ ਆਪਣੀ ਸਾਰੀ ਜ਼ਿੰਦਗੀ ਸੱਚ ਅਤੇ ਧਰਮ ਦੇ ਰਸਤੇ ਤੇ ਚੱਲੇ। ਆਪ ਜੀ ਬਹੁਤ ਹੀ ਸ਼ਾਂਤ, ਮਿਹਨਤੀ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ ਅਤੇ ਆਪ ਜੀ ਦੇ ਇਨ੍ਹਾਂ ਗੁਣਾਂ ਦੀ ਝਲਕ ਅਸੀਂ ਆਪ ਜੀ ਦੇ ਸਮੁੱਚੇ ਪਰਿਵਾਰ ਵਿੱਚੋਂ ਦੇਖ ਸਕਦੇ ਹਾਂ। ਆਪ ਜੀ ਦੇ ਬੱਚੇ ਬਹੁਤ ਹੀ ਮਿਹਨਤੀ ਹਨ ਅਤੇ ਆਪਣੀ ਮਾਤਾ ਜੀ ਦੇ ਪਾਏ ਪੂਰਨਿਆਂ ਅਨੁਸਾਰ ਚੱਲ ਕੇ ਜ਼ਿੰਦਗੀ ਬਸਰ ਕਰ ਰਹੇ ਹਨ ਅਤੇ ਸਮਾਜ ਵਿੱਚ ਨਾਮਨਾ ਖੱਟ ਰਹੇ ਹਨ। ਸ਼੍ਰੀਮਤੀ ਕੈਲਾਸ਼ ਅਗਰਵਾਲ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਰਾਮ ਹਾਲ ਦੇਵੀ ਤਲਾ ਮੰਦਿਰ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਗੁਲਸ਼ਨ ਜੀ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਪਰਮਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ ਅਤੇ ਆਪਣੇ ਵੈਰਾਗਮਈ ਸ਼ਬਦਾਂ ਰਾਹੀਂ ਸ਼੍ਰੀਮਤੀ ਕੈਲਾਸ਼ ਅਗਰਵਾਲ ਜੀ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸਖਸ਼ੀਅਤਾਂ ਨੇ ਵੀ ਸ਼ਿਰਕਤ ਕੀਤੀ ਅਤੇ ਕੁਝ ਸਖਸ਼ੀਅਤਾਂ ਵੱਲੋਂ ਸ਼੍ਰੀਮਤੀ ਕੈਲਾਸ਼ ਅਗਰਵਾਲ ਹੁਣਾਂ ਦੇ ਕੀਤੇ ਕੰਮਾਂ ਨੂੰ ਯਾਦ ਕਰਦੀ ਹੋਈ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੇਸ਼ ਹੈ ਇਸ ਧਾਰਮਿਕ ਸਮਾਗਮ ਦਾ ਵਿਸ਼ੇਸ਼ ਪ੍ਰਸਾਰਣ। ਬੁਰਾਈਆਂ ਦੇ ਪਿੱਛੇ ਫਿਰ ਨਾ ਹੋਏ ਗੱਲ ਨਹੀਂ ਕਰਦਾ ਚੰਗੀ, ਗੁਜਰਾਂ ਵਾਲੇ ਨੇ ਆਨ ਤਾਂ ਕੁੱਟਣੀ ਜਦੋਂ ਤੇਰੀ ਤਾਂ ਸੰਗੀ, ਮੌਤ ਨਾਲ ਤੋਂ ਫੇਰੇ ਲੈਣੇ ਕੋੜੀ ਚਰੇ ਛੇ ਟੰਗੇ, ਹੁਣ ਤੇ ਆਕਰੇ ਆਕਰੇ ਤੁਰਨੇ ਫਿਰ ਜਰਾ ਤੂੰ ਖੰਗੀ। ਇੱਥੇ ਬੈ ਸਦਾ ਕਿਸੇ ਰਹਿਣਾ ਨਹੀਂ ਹੋ, ਇੱਥੇ ਬੈ ਸਦਾ ਕਿਸੇ ਰਹਿਣਾ ਨਹੀਂ ਹੋ, ਇਹਨੇ ਕਦੀ ਮੁੱਕਣਾ ਨਹੀਂ ਹੋ, ਉਹ ਧੰਦੇ ਕਰਨਾ ਜਿਹੜੇ, ਇਹ ਵੀ ਮਿਲ ਜਾਏ ਉਹ ਵੀ ਮਿਲ ਜਾਏ ਕਰਨਾ ਨੀਤੇ ਬਖੇਰੇ, ਮੌਤ ਕਈਆਂ ਕਾਏ ਖਾਲੀ ਕੀਤੇ ਤੇ ਸੋਨੇ ਕੀਤੇ ਵੇਰੇ, ਬੰਦਗੀ ਕਰ ਲੈ ਉਸ ਮਾਲਕ ਦੀ ਅੰਬਲੀ ਹੋਣ ਨਬੇਰੇ। ਇੱਥੇ ਬੈ ਸਦਾ ਕਿਸੇ ਰਹਿਣਾ ਨਹੀਂ ਹੋ, ਅਰੇ ਉੱਠ ਕਮਲਿਆ ਸਿਮਰਨ ਕਰ ਲੈ ਵੇਲਾ ਹੱਥ ਨਹੀਂ ਆਉਣਾ, ਓਏ ਮੇਰੀ ਮੇਰੀ ਕਰਦਿਆਂ ਹੀ ਤੋਂ ਇੱਕ ਦਿਨ ਖੁਦੇ ਮਾਰੇ ਜਾਣਾ, ਨਾ ਕੁਝ ਲੈ ਕੇ ਆਇਆ ਸੇ ਤੂੰ, ਨਾ ਕੁਝ ਲੈ ਕੇ ਜਾਣਾ, ਓਏ ਰੋਂਦਿਆਂ ਰੋਂਦਿਆਂ ਆਇਆ ਸੀ ਤੋਂ ਰੋਂਦਿਆਂ ਹੀ ਮਰ ਜਾਣਾ। ਕਵੀ ਨੇ ਸ਼ਬਦ ਲਿਖਿਆ ਬਾਲਕ ਸੰਸਾਰ ਦੇ ਵਿੱਚ ਜਨਮ ਲੈਂਦਾ, ਰੋਂਦਾ ਪ੍ਰਾਏ ਅਧੀਨ, ਕਿਉਂਕਿ ਜਿਹੜਾ ਉਸ ਬੱਚੇ ਦੇ ਕੋਲ ਰੋਵਰ ਨਰਕ ਦੇ ਵਿੱਚ ਗਿਆਨ ਹੁੰਦਾ ਨਾ, ਉਹ ਪਰਮਾਤਮਾ ਦੀ ਮਾਇਆ ਆਪਣੇ ਵਸ਼ ਵਿੱਚ ਕਰ ਲੈਂਦੀ ਹੈ। ਜਿਸ ਵਕਤ ਸੰਸਾਰ ਨੂੰ ਛੱਡ ਕੇ ਜਾਂਦਾ ਹੈ, ਕਿੰਨਾ ਕੁ ਬੰਦਾ ਰੋ ਰਿਹਾ, ਕਿੰਨਾ ਕੁ ਰੋਸ਼ ਪ੍ਰਗਟ ਕਰ ਰਿਹਾ ਕਿ ਪ੍ਰਭੂ ਮੈਨੂੰ ਤੁਸੀਂ ਇਹ ਮਨੁੱਖਾ ਜੀਵਨ ਦਿੱਤਾ ਸੀ, ਅੱਜ ਮੈਂ ਇਸ ਪਰਿਵਾਰ ਨੂੰ ਛੱਡ ਕੇ ਜਾ ਰਿਹਾ, ਸਾਨੂੰ ਨਜ਼ਰ ਨਹੀਂ ਆਉਂਦਾ, ਇਹ ਉਸ ਪ੍ਰਾਣੀ ਨੂੰ ਪਤਾ ਹੈ ਕਿ ਮੈਂ ਅੰਦਰੋਂ ਕਿੰਨਾ ਦੁਖੀ ਹੋ ਕੇ ਜਾ ਰਿਹਾ। ਜਾਣਾ ਸਭ ਨੇ ਹੈ, ਕੋਈ ਚਾਰ ਦਿਨ ਅੱਗੇ ਜਾ ਰਹੇ ਹੈ, ਕੋਈ ਚਾਰ ਦਿਨ ਪਿੱਛੇ ਜਾ ਰਹੇ, ਪਰ ਇੱਕ ਗੱਲ
मरण मरण दे विच जिहड़ा एक अंतर दस्या है। चलो अज वैश परिवार के सारे सदस्य बैठे जिंदे विच अग्रवाल परिवार, गुप्ता परिवार, बंसल परिवार, गर्ग परिवार, ये वैश परिवार के सारे सदस्य है। अज स्वर्गीय श्री इंद्रपाल जी उन्हां दा एक खिड़िया होया एक बाग परिवार से। बाग परिवार के विच दो बच्चे अजय ते रमन ई लव कुश्ती जोड़ी बहुत लायक बच्चे, जिन्नी तारीफ कीती जावे उन्नी थोड़ी है। बहुआ बैठी है सोनिया रमते और सिमी बेटी बैठी है। अज परिवार के सरप्रस्त बैठे आ उमा खन्ना जी, पूरा प्यार जिन्होंने इस परिवार को दिता है। अज इहदा हुक्म होया पंडित जी साडे माता जी मां कैलाश देवी, पति का साया चला जाए तो देवी बन जाती है, पति का साया रवे तो वह रानी कहलाती है। पूछा कि मान होया की है, शास्त्रा का मंथन है कि पहली गल तो यह दसो अजय जी मां शब्द की है। बेटा जब सुबह बिस्तर से उठता है तो कहता है मां। अगर किसी मुसीबत में जाकर के फंस जाता है तो फिर भी कहता है मां। मां का प्यार एक अटूट प्यार होता है। वो मां जी ने सानू जन्म दिता, बड़े लाडा प्यारा दे नाल पढ़ाया लिखाया, जवानी तक लैके आंदा, और जदों मां का साया सिर तो चले जाता है तो इस तो ज्यादा होर कोई दुखदाई घटना नहीं। अज के युग के असि देखते हैं बड़े एहो जे परिवार है जिहड़े मां बाप की सेवा नहीं करते, और मां बाप वृद्ध आश्रम बैठ के अपने बच्चों को पोसते हैं। लेकिन अज के युग के जिहड़े बेटे बेटियां नूहां अपने मां बाप की सेवा करते हैं, जिंदगी दे विच इस तो वड्डी होर कोई सेवा नहीं। इस परिवार ने इन्हां बेटियां ने बेटियां ने नूहां ने वाकई माता जी की बड़ी सेवा की है। माता जी ने अपने जीवन च अपनी औलाद को अच्छे संस्कार दिते, पढ़ाया लिखाया लेख बनाया, और उसे संस्कार का सदका है कि अजय जी रमन जी अग्रवाल परिवार का नाम है, स्थान है। बेटी माता श्री के दिते हुए संस्कार की खुशबू ससुराल घर फिरा, कहते कि अच्छे माली की पहचान उसकी फुलवाड़ी होगी, जो फुल रंग बिरंगी हो खुशबूदार हो तो व्यक्ति अंदाजा लगा लेता है इस बात का माली बहुत सियाना है, और व्यक्ति की पहचान औलाद हो जो देख हो समाज रूपा हो गई तो जीवन सफल हो जाए। इसलिए आज तक माता जी एक सफल जीवन जी के उन्होंने अपने जीवन के अपने पति श्री धर्म छुपाया, और उस तो बाद जिथे माता की भूमिका निभाई उथे पिता की भूमिका निभाई। सो अंत समय बीमार है जिस तरह परिवार ने सेवा दी थी वो अपने आप की मिसाल है। मैं ज्यादा न कहता हूँ अपने वालों भारतीय जनता पार्टी वालों सदस्यों ट्वीट कर दें परम पिता परमात्मा की अरदास कर रहे हैं निवास बख्शना, परिवार को भाड़ा मनन का बल बख्शना, और जी फुलवाड़ी माता जी लगा रहे हैं उसका हरी भरी रहे गुजरू रूपाग से तो दुआ मांग के चलो जिसपे खिले न भूल तो डाली हरी रहे। खुशी बढ़िया बढ़ती है दुख बढ़िया करता है, तुम्हें अच्छा है अगर मन परिवार का दुख बना रहे हो तो सारे का बहुत बहुत आभार।